ਉਹ ਨਾ ਪੌੜੀਆਂ ਵੱਲ ਪੀਰਾ ਜਾਵੇ ਕਰੇ ਨੇਤਰੀ ਜਦੇ ਉਹ ਸਾਖਣਾ ਲੱਗਣਾ ਸੀ ਤਾਂ ਵੀ ਇਹਨੇ ਬਲੀ ਪੀਰਾਂ ਉਹ ਪੌੜੀਆਂ ਨੂੰ ਹੋ ਕੇ ਆਉਣਾ ਤੇ ਜੇ ਇੱਦੂ ਜਾਣਾ ਤਾਂ ਉਹ ਸਾਖਣ ਮੁੜ ਵੀ ਪੌੜੀਆਂ ਨੂੰ ਹੋ ਕੇ ਜਾਣਾ ਬਈ ਇਹ ਰਾਤ ਉਹ ਹੈ ਰਾਤ ਪੀਰ ਦਿੱਤੇ ਉਹ ਪੌੜੀਆਂ ਨਹੀਂ ਆਖਿਆ ਬਈ ਪੀਰ ਜਿਹੜਾ ਇਹ ਸਾਨੂੰ ਲੈ ਗਿਆ ਬਾਗੀ ਭਰਿਆ ਇਹਦੇ ਨਾਲ ਗਵੇੜ ਕਰਨੀ ਆ ਉਹ ਇਹਨੇ ਆਪਣਾ ਗਿਆ ਤੇ ਉਹ ਅੱਗੇ ਪੌੜੀ ਘਰ ਕੋਈ ਨਾ ਤੇ ਉਹ ਉਸਨਾ ਆਖਿਆ ਪੀਰ ਬਾ ਮੁਰੀਦ ਨਹੀਂ ਅੱਜ ਮੁਰੀਦ ਕਿਤੇ ਗਈ ਉਸ ਆਖਿਆ ਬਾਬਾ ਜੀ ਕੀ ਤੁਹਾਨੂੰ ਦੱਸਾਂ ਗੱਲ ਹੀ ਜਿਹੜੀ ਇਹਨੂੰ ਰੁੜ ਗਈ ਹੈ ਰੁੜ ਗਈ ਆਹੋ ਉਸ ਆਖਿਆ ਕਿਉਂ ਕੀ ਹੋਇਆ ਉਸ ਆਖਿਆ ਬਾ ਗੱਲ ਬਾ ਜਿਹੜਾ ਨਾ ਤੁਹਾਡਾ ਮੁਰੀਦ ਉਹ ਹੋ ਗਿਆ ਹਲਕਾ ਤੇ ਤੁਸੀਂ ਵੀ ਹੁਣ ਆ ਗਏ ਹੋ ਤੇ ਮੈਂ ਬੜੀ ਪਰੇਸ਼ਾਨ ਹਾਂ ਤੇ ਉਹ ਜਿਹੜਾ ਕੋਈ ਪੁਰਾਣਾ ਆਉਂਦਾ ਉਹਨੂੰ ਕੁਛ ਦਿੰਦਾ ਜਿਹੜਾ ਉੱਤੇ ਮਰਦੇ ਆਖਿਆ ਸਜ਼ਾ ਦੇ ਉਹ ਕੁਛ ਦਿੰਦਾ ਉਹਨੂੰ ਮਗਰੋਂ ਤੇ ਮੈਂ ਹੁਣ ਪਰੇਸ਼ਾਨ ਹਾਂ ਬਾ ਤੁਸੀਂ ਸਾਡੇ ਮੁਰਸ਼ਦ ਉੱਥੇ ਬਣਨਾ ਕੀ ਉਹ ਕੜਮਾ ਨਾ ਜਾਵੇ ਆਹੋ ਉਸ ਆਖਿਆ ਹਾਲਾ ਮੈਂ ਮੁੜ ਚੱਲਣਾ ਮੈਨੂੰ ਅੱਜ ਕੰਮ ਬੜਾ ਮਰਾਂਦਾ ਉਹ ਕਿਤੇ ਨਿਕਲ ਗਿਆ ਮਗਰੋਂ ਉਹ ਜਿਹੜਾ ਪੌੜੀ ਆ ਰੋਡ ਛੱਡੀ ਹੈ ਉਹ ਪੌੜੀ ਨਾਲ ਕੁਛ ਫਾਜ ਲਿਆ ਤੇ ਬਾਜ ਵਗਿਆ ਅਗਾਂ ਕੁਛ ਚੌਂ ਕਿਲੇ ਤੇ ਗਿਆ ਤੇ ਗੂਈ ਨਾ ਬਿਲ ਬਾਵੇ ਉਰੀ ਲੱਗਿਆ ਜਾਣ ਮਗਰੋਂ ਪੌੜੀ ਦਾ ਲਿਖ ਰਿਹਾ ਕਿ ਬਾਬਾ ਜੀ ਖਲੋ ਜਾਵੇ ਆ ਕੁਛ ਨਹੀਂ ਜਾ ਬਾਵੇ ਆਖਿਆ ਵਾ ਪੌੜੀ ਵਾਲੀ ਆ ਇਹ ਸੱਚੀ ਬਾਜ ਮਾਰ ਗਿਆ ਬਾਵੇ ਉਹਦੀ ਨਿਤਰੀਆਂ ਪੜ ਲਈ ਬਾਬਾ ਅੱਗੇ ਪੌੜੀ ਕੁਛ ਲੈ ਕੇ ਮੰਗੋ ਰੋ ਉਹ ਪਤਾ ਨੀ ਯਸ਼ੋ ਦੇ ਨੰਬਰ ਪਦੀਤੋ ਜਾਂ ਕੋਈ ਪਰ ਕਿਤੇ ਉਹ ਪਦੇਣਾ ਚੱਲੀ ਸ਼ਾਇਦ ਪਦੇਣੀ ਕੋਈ ਨਾ ਸਵਾਣੀ ਨੂੰ ਲੜਿਆ ਤੂੰ ਮੁਰਸ਼ਦ ਰਿਹਾ ਘਰ ਛੱਡਿਆ ਬੜਾ ਬੰਨਾ ਤਾਂ ਉਹ ਦੇ ਗਈ ਅੱਜ ਦਾ ਆਈ ਉਹ ਬਾਵੇ ਮੁਰੀਦ ਛੱਡ ਦਿੱਤੀ